ਅੱਜ ਤੁਹਾਨੂੰ ਸਿਖਾਊਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਸੂਜੀ ਦੇ ਲੱਡੂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਜੋ ਜੋ ਇਸ ਦੇ ਵਿੱਚ ਸਮਾਨ ਪੈਂਦਾ ਉਹ ਤੁਹਾਨੂੰ ਮੈਂ ਸਾਰਾ ਦੱਸੂੰਗਾ। ਚਲੋ ਜੀ ਕਰਦੇ ਹਾਂ ਸ਼ੁਰੂ ਫਿਰ ਆਪਾਂ ਆਪਾਂ ਆਪਣੇ ਘਰ ਦੇ ਵਿੱਚ ਸੂਜੀ ਦੇ ਲੱਡੂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਸੂਜੀ ਦੇ ਲੱਡੂ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਇੱਕ ਕੌਲੀ ਚੀਨੀ ਦੀ ਲਿੱਤੀ ਆ ਅਤੇ ਉਨਾ ਹੀ ਸੂਜੀ ਲਿੱਤੀ ਆ, ਥੋੜ੍ਹਾ ਡਰਾਈ ਫਰੂਟ ਆ ਅਤੇ ਦੇਸੀ ਘੀ ਤੁਸੀਂ ਇਸ ਦੀ ਜਗ੍ਹਾ ਡਾਲਡਾ ਘੀ ਵੀ ਯੂਜ਼ ਕਰ ਸਕਦੇ ਹੋ। ਠੀਕ ਆ ਜੀ, ਆਪਾਂ ਇੱਕ ਪੈਨ ਲਵਾਂਗੇ, ਠੀਕ ਹੈ ਜੀ, ਜਾਂ ਤੁਸੀਂ ਕੜਾਹੀ ਵੀ ਯੂਜ਼ ਕਰ ਸਕਦੇ ਇਸ ਵਾਸਤੇ। ਉਸ ਦੇ ਵਿੱਚ ਆਪਾਂ ਪਹਿਲਾਂ ਘੀ ਪਾ ਲਵਾਂਗੇ। ਤੁਸੀਂ ਦੇਸੀ ਘੀ ਡਾਲਡਾ ਘੀ ਇਸ ਵਾਸਤੇ ਯੂਜ਼ ਕਰ ਸਕਦੇ ਹੋ, ਰਿਫਾਇੰਡ ਆਇਲ ਇਸ ਵਾਸਤੇ ਨਹੀਂ ਯੂਜ਼ ਹੋਣਾ ਹੈਗਾ। ਜੋ ਇਸ ਦੇ ਵਿੱਚ ਮੈਂ ਘੀ ਪਾਇਆ ਸੀ ਉਹ ਐਨ ਪੂਰਾ ਪਿਘਲ ਗਿਆ, ਅਤੇ ਹੁਣ ਆਪਾਂ ਇਸ ਦੇ ਵਿੱਚ ਸੂਜੀ ਪਾ ਦੇਵਾਂਗੇ। ਇਸ ਨੂੰ ਮਿਕਸ ਕਰਾਂਗੇ ਇਸਦਾ। ਆ ਤੁਸੀਂ ਦੇਖ ਸਕਦੇ ਹੋ ਆਪਣਾ ਇੰਨਾ ਘੀ ਹੋਣਾ ਚਾਹੀਦਾ, ਜਿਸ ਤਰ੍ਹਾਂ ਦੇਖੋ ਪੂਰਾ ਲਿਕੁਇਡ ਟਾਈਪ ਨਾ ਬਣ ਜਾਵੇ, ਇੰਨਾ ਹੋਣਾ ਚਾਹੀਦਾ ਤੁਹਾਡਾ। ਠੀਕ ਆ ਜੀ, ਆ ਜਿੰਨਾ ਹੁਣ ਮੈਂ ਇਸ ਦੇ ਵਿੱਚ ਪਾਇਆ। ਬਸ ਤੁਸੀਂ ਫਿਰ ਇਸ ਨੂੰ ਲਗਾਤਾਰ ਇਸ ਤਰ੍ਹਾਂ ਹਿਲਾਉਣਾ, ਠੀਕ ਆ, ਜਦ ਤੱਕ ਇਸਦਾ ਕਲਰ ਥੋੜ੍ਹਾ ਜਿਹਾ ਬਰਾਊਨ ਜਿਹਾ ਨਹੀਂ ਹੋ ਜਾਂਦਾ। ਦੋ ਤਕਰੀਬਨ 2 ਜਾਂ 3 ਮਿੰਟ 'ਚ ਐਨ ਬਣ ਜਾਂਦਾ, ਇਸ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ। ਜਦ ਤੱਕ ਤੁਸੀਂ ਇਸ ਨੂੰ ਹਿਲਾਉਣਾ ਅਤੇ ਥੋੜ੍ਹਾ ਜਿਹਾ ਸੇਕ ਵੀ ਤੁਸੀਂ ਅੱਗ ਦਾ ਘੱਟ ਕਰਕੇ ਰੱਖਣਾ, ਠੀਕ ਹੈ ਜੀ, ਤਾਂ ਜੋ ਆਪਣਾ ਜਲੇ ਨਾ ਥੱਲੋਂ ਜ਼ਿਆਦਾ। ਫਿਰ ਨਹੀਂ ਤੁਹਾਨੂੰ ਜ਼ਿਆਦਾ ਤੇਜ਼ ਤੇਜ਼ ਕੜਛੀ ਚਲਾਉਣੀ ਪੈਣੀ ਹੈ। ਜੇ ਤੁਸੀਂ ਥੋੜ੍ਹੀ ਜਿਹਾ ਅੱਗ ਦਾ ਸੇਕ ਘੱਟ ਰੱਖੋਗੇ ਅਤੇ ਇਸ ਨੂੰ ਇਸ ਤਰ੍ਹਾਂ ਲਗਾਤਾਰ ਹਿਲਾਉਂਗੇ ਅਤੇ ਬਹੁਤ ਵਧੀਆ ਬਣੂਗਾ ਇਹ। ਔਰ ਤੁਸੀਂ ਦੇਖ ਸਕਦੇ ਹੋ ਮੈਨੂੰ ਪੂਰੇ ਹੁਣ 2 ਮਿੰਟ ਹੋ ਚੁੱਕੇ ਨੇ ਇਸ ਨੂੰ ਲਗਾਤਾਰ ਹਿਲਾਉਂਦੇ ਨੂੰ, ਠੀਕ ਹੈ ਜੀ, ਅਤੇ ਇਸ ਦੀ ਹਲਕੀ ਜਿਹੀ ਖੁਸ਼ਬੂ ਆਉਣੀ ਵੀ ਸ਼ੁਰੂ ਹੋ ਚੁੱਕੀ ਆ। ਠੀਕ ਹੈ ਜੀ, ਜਦੋਂ ਆਪਾਂ ਨੂੰ 2 ਮਿੰਟ ਹੋ ਜਾਣਗੇ ਫਿਰ ਆਪਾਂ ਇਸ ਦੇ ਵਿੱਚ ਆ ਡਰਾਈ ਫਰੂਟ ਪਾ ਦੇਵਾਂਗੇ, ਇਸ ਨੂੰ ਇਸ ਦੇ ਵਿੱਚ ਮਿਕਸ ਕਰ ਦੇਵਾਂਗੇ। ਤੁਸੀਂ ਡਰਾਈ ਫਰੂਟ ਵੱਧ ਘੱਟ ਪਾ ਸਕਦੇ ਹਾਂ, ਤੁਸੀਂ ਦਾਖਾਂ ਹੀ ਪਾ ਸਕਦੇ ਆ, ਕਾਜੂ ਪਾ ਸਕਦੇ ਆ ਜੇ ਤੁਹਾਡੇ ਕੋਲ ਹੈਗੇ ਆ, ਜੇ ਇਸ ਤੋਂ ਬਿਨਾਂ ਵੀ ਸਰ ਸਕਦਾ, ਜੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਇਸ ਤੋਂ ਬਿਨਾਂ ਵੀ ਸਰ ਸਕਦਾ। ਡਰਾਈ ਫਰੂਟ ਪਾ ਕੇ ਫਿਰ ਤੁਸੀਂ ਇਸ ਨੂੰ ਹਲਕਾ ਜਿਹਾ ਫਿਰ 1-1.5 ਮਿੰਟ ਫਿਰ ਭੁੰਨਣਾ ਤੁਸੀਂ। ਮੈਨੂੰ ਹੁਣ ਪੂਰੇ 3 ਮਿੰਟ ਹੋ ਚੁੱਕੇ ਨੇ, ਠੀਕ ਹੈ ਜੀ, ਅਤੇ ਇਸਦਾ ਹਲਕਾ ਜਿਹਾ ਕਲਰ ਬਰਾਊਨ ਹੋ ਗਿਆ ਪੂਰਾ, ਠੀਕ ਹੈ ਜੀ, ਅਤੇ ਇਸ ਦੀ ਖੁਸ਼ਬੂ ਵੀ ਬਹੁਤ ਸੋਹਣੀ ਆਉਣ ਲੱਗ ਗਈ। ਜਦ ਤੁਹਾਨੂੰ ਐਨ ਇਸ ਦੀ ਖੁਸ਼ਬੂ ਜੀ ਆਉਣੀ ਸ਼ੁਰੂ ਹੋ ਜਾਵੇ, ਠੀਕ ਹੈ ਜੀ, ਅਤੇ ਆਪਾਂ ਇਸ ਦੀ ਗੈਸ ਕਰ ਦੇਵਾਂਗੇ ਬੰਦ ਅਤੇ ਇਸ ਨੂੰ ਇੱਕ ਭਾਂਡੇ 'ਚ ਕੱਢ ਲਵਾਂਗੇ ਆਪਾਂ। ਉਸ ਤੋਂ ਬਾਅਦ ਆਪਾਂ ਉਸੀ ਪੈਨ ਨੂੰ ਧੋ ਕੇ ਫਿਰ ਆਪਾਂ ਉਸਦੇ ਵਿੱਚ ਚੀਨੀ ਪਾ ਦੇਵਾਂਗੇ। ਜਿੰਨੀ ਚੀਨੀ ਪਾਈ ਉਸ ਦੀ ਅੱਧੀ ਮਾਤਰਾ 'ਚ ਆਪਾਂ ਨੇ ਪਾਣੀ ਪਾਉਣਾ, ਠੀਕ ਹੈ ਜੀ। ਜਦੋਂ ਤੁਸੀਂ ਚਾਸਣੀ ਬਣਾਉਣੀ ਉਸ ਟਾਈਮ ਥੋੜ੍ਹੀ ਗੌਰ ਕਰਨੀ ਇਸ ਦੀ, ਠੀਕ ਹੈ, ਇਸ ਦੀ ਇੱਕ ਤਾਰ ਵਾਲੀ ਚਾਸਣੀ ਬਣਨੀ ਚਾਹੀਦੀ ਹੈ। ਤੁਸੀਂ ਜ਼ਿਆਦਾ ਨਹੀਂ ਚੜਾਉਣੀ ਹੈ ਨਾ ਤੁਸੀਂ ਘੱਟ ਰੱਖਣੀ ਹੈ, ਅਤੇ ਉਸ ਟਾਈਮ ਤੁਸੀਂ ਜਦੋਂ ਇੱਕ ਤਾਰ ਵਾਲੀ ਬਣ ਗਈ ਗੈਸ ਬੰਦ ਕਰ ਦੇਣੀ, ਇਸ ਨੂੰ ਤੁਸੀਂ ਲਗਾਤਾਰ ਹਿਲਾਉਣਾ, ਮੈਂ ਤੁਹਾਨੂੰ ਦੱਸੂਗਾ ਲਾਸਟ ਵਿੱਚ। ਮੈਨੂੰ ਹੁਣ ਤਕਰੀਬਨ 1.5 ਜਾਂ 2 ਮਿੰਟ ਹੋ ਚੁੱਕੇ ਨੇ ਇਸ ਦੇ ਵਿੱਚ, ਅਤੇ ਤੁਸੀਂ ਦੇਖਦੇ ਰਹਿਣਾ ਇਸ ਤਰ੍ਹਾਂ ਜਦੋਂ ਇੱਥੇ ਤੁਕ ਦੀ ਧਾਰ ਜੀ ਬਣਨੀ ਸ਼ੁਰੂ ਹੋ ਗਈ ਹੈ ਤਾਂ ਆਪਣੀ ਚਾਸਣੀ ਰੇੜੀ ਹੈ। ਇਸ ਤਰ੍ਹਾਂ ਤੁਸੀਂ ਦੇਖਣਾ ਵੀ ਹੱਥ ਦੇਖੋ ਤੇਜ਼ ਤੇਜ਼ ਤੁੱਕਾ ਗਿਰਦਾ, ਇਸ ਤਰ੍ਹਾਂ ਜਿਹਾ ਐਨ ਤੁੱਕਾ ਲੰਬੀ ਲੰਬੀ ਧਾਰ ਜੀ ਬਣੂਗੀ, ਸਮਝ ਲਈ ਆਪਣੀ ਐਨ ਬਿਲਕੁਲ ਰੇੜੀ ਹੈ ਇਹ। ਮੈਂ ਤੁਹਾਨੂੰ ਦਿਖਾਊਂਗਾ ਹਲੇ ਥੋੜ੍ਹੀ ਕਸਰ ਇਸ ਦੇ ਵਿੱਚ। ਆਹ ਤੁਸੀਂ ਦੇਖ ਸਕਦੇ ਹੋ ਬਣ ਕੇ ਬਿਲਕੁਲ ਰੇੜੀ ਆ। ਆਹ ਦੇਖੋ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ, ਆਹ ਦੇਖੋ ਇਸਦੀ ਐਨ ਪੂਰੀ ਧਾਰ ਜੀ ਬਣ ਗਈ ਆ। ਆਹ ਦੇਖੋ ਜਦੋਂ ਇਸ ਤਰ੍ਹਾਂ ਧਾਰ ਜੀ ਬਣ ਜਾਵੇ ਆਪਣੀ ਬਿਲਕੁਲ ਰੇੜੀ, ਮੈਂ ਇਸਦੀ ਗੈਸ ਕਰਤੀ ਬੰਦ, ਠੀਕ ਹੈ ਜੀ, ਅਤੇ ਹੱਥ ਨਾਲ ਵੀ ਤੁਸੀਂ ਦੇਖ ਸਕਦੇ ਹੋ ਪਰ ਹੱਥ 'ਚ ਆਪਣਾ ਛਾਲਾ ਨਾ ਪਵਾ ਲਿਓ ਬਹੁਤ ਗੌਰ ਨਾਲ, ਠੀਕ ਹੈ ਜੀ। ਆਹ ਦੇਖੋ ਇੱਕ ਧਾਰ ਵਾਲੀ, ਜਦੋਂ ਇੱਕ ਧਾਰ ਜਿਹੜੀ ਬਣ ਗਈ ਨਾ ਇਹ, ਆਹ ਦੇਖੋ ਜਿਸ ਤਰ੍ਹਾਂ ਉਹ ਲੰਬੀ ਲੰਬੀ ਨਹੀਂ ਬਣਦੀ ਹੈਗੀ, ਆਹ ਦੇਖੋ ਜੇ ਤੁੱਕਾ ਗਿਰਦਾ ਦੇਖੋ ਇਹਨੂੰ ਲੰਬਾ ਲੰਬਾ ਜਿਹਾ ਬਣਦਾ, ਇਸ ਤਰ੍ਹਾਂ ਹੀ ਥੋੜ੍ਹੀ ਹੋਣੀ ਚਾਹੀਦੀ ਹੈ। ਆਹ ਤੁਸੀਂ ਦੇਖ ਸਕਦੇ ਹੋ ਜਦੋਂ ਆਪਣੀ ਇਸ ਤਰ੍ਹਾਂ ਦੀ ਬਣ ਜਾਵੇ ਇੱਕ ਤਾਰ ਵਾਲੀ, ਅਤੇ ਆਪਣੀ ਚਾਸਣੀ ਬਿਲਕੁਲ ਰੇੜੀ ਇਹ, ਠੀਕ ਹੈ ਜੀ। ਤੁਸੀਂ ਵੀ ਇਸ ਤਰ੍ਹਾਂ ਦੀ ਬਣਾਉਣੀ, ਜ਼ਿਆਦਾ ਨਹੀਂ ਕਰਨੀ ਗਰਮ ਇਸ ਨੂੰ, ਨਹੀਂ ਤੁਹਾਡੇ ਲੱਡੂ ਨਹੀਂ ਬਣਾਉਣੇ, ਇਸ ਟਾਈਮ ਤੁਸੀਂ ਗੌਰ ਕਰਨੀ ਥੋੜ੍ਹੀ ਜਿਹੀ ਬਸ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਆ ਸੂਜੀ ਪਾ ਦੇਵਾਂਗੇ, ਠੀਕ ਹੈ ਜੀ। ਬਸ ਇਸਨੂੰ ਠੰਡਾ ਕਰਨਾ ਤੁਸੀਂ ਇਸ ਤਰ੍ਹਾਂ ਹਿਲਾ ਹਿਲਾ ਕੇ, ਠੀਕ ਹੈ ਜੀ। ਜਦੋਂ ਠੰਡਾ ਹੋ ਜਾਊਗਾ ਆਪਣਾ ਐਨ ਪਿੰਨੀਆਂ ਵੱਟਣ ਜੋਗਾ ਹੋ ਜਾਊਗਾ, ਬਸ ਇਸਨੂੰ ਲਗਾਤਾਰ ਤੁਸੀਂ ਹਿਲਾਈ ਜਾਣਾ, ਇਹਨੇ ਸਖਤ ਹੁੰਦਾ ਜਾਈ ਜਾਣਾ, ਠੀਕ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਆਪਣਾ ਜੋ ਮਿਸ਼ਰਣ ਸੀ ਐਨ ਬਿਲਕੁਲ ਠੰਡਾ ਹੋ ਚੁੱਕਿਆ, ਠੀਕ ਹੈ। ਮੈਂ ਇਸਨੂੰ ਲਗਾਤਾਰ ਇਸ ਤਰ੍ਹਾਂ ਹਿਲਾਉਂਦਾ ਰਿਹਾ ਸੀ ਅਤੇ ਮੈਂ ਇਸਨੂੰ ਠੰਡਾ ਕਰ ਲਿਆ ਐਨ, ਠੀਕ ਹੈ ਜੀ। ਅਤੇ ਹੁਣ ਆਪਾਂ ਇਸਦੇ ਵੱਟਾਂਗੇ ਲੱਡੂ। ਹੁਣ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦਾ, ਥੋੜ੍ਹਾ ਜਿਹਾ ਪਾਣੀ ਲਵਾਂਗੇ, ਕੁਝ ਲੋਕ ਘੀ ਵੀ ਲੈ ਲੈਣ ਜਾਂ ਤੇਲ ਵੀ ਲੈ ਲੈਂਦੇ ਆ, ਠੀਕ ਹੈ। ਆਪਾਂ ਇਸ ਵਾਸਤੇ ਪਾਣੀ ਯੂਜ਼ ਕਰਾਂਗੇ, ਆ ਪਾਣੀ ਤੁਸੀਂ ਹੱਥਾਂ ਨੂੰ ਲਾਉਣਾ ਚੰਗੀ ਤਰ੍ਹਾਂ, ਠੀਕ ਹੈ ਜੀ। ਆਹ ਦੇਖੋ ਜਿਸ ਤਰ੍ਹਾਂ ਮੈਂ ਲਾਉਂਦਾ ਪਾਣੀ ਲਾ ਲਿਆ ਤੁਸੀਂ ਹੱਥਾਂ ਨੂੰ, ਅਤੇ ਇਸ ਤਰ੍ਹਾਂ ਲੈ ਕੇ ਆਪਣੇ ਹੱਥਾਂ ਦੇ ਉੱਪਰ ਇਸ ਤਰ੍ਹਾਂ, ਅਤੇ ਇਸ ਤਰ੍ਹਾਂ ਲੱਡੂ ਵੱਟ ਲੈਣੇ ਤੁਸੀਂ। ਇਸ ਤਰ੍ਹਾਂ ਤੁਸੀਂ ਲੱਡੂ ਵੱਟੀ ਜਾਣਾ, ਥੋੜ੍ਹਾ ਥੋੜ੍ਹਾ ਪਾਣੀ ਲਾ ਲਾ ਲੈ ਕਹਿੰਦਾ ਹੱਥਾਂ ਨੂੰ, ਅਤੇ ਇਸ ਤਰ੍ਹਾਂ ਤੁਸੀਂ ਲੱਡੂ ਵੱਟੀ ਜਾਣੇ।
ਥੋੜ੍ਹਾ ਫਿਰ ਪਾਣੀ ਲਾ ਲੈਣਾ ਆਪਾਂ ਇਸ ਤਰ੍ਹਾਂ ਲੈ ਕੇ ਹੱਥਾਂ ਦੇ ਪਰ ਇੱਥੇ ਲੱਡੂ ਵੱਢ ਜਾਣੇ ਆ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਲੱਡੂ ਵੱਟ ਲਏ ਨੇ ਦੇਖਿਆ ਜੀ ਅੱਜ ਮੈਂ ਕਿਸ ਤਰ੍ਹਾਂ ਬਣਾਏ ਸੂਜੀ ਦੇ ਪਿੰਨੀਆਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਸੂਜੀ ਦੇ ਪਿੰਨੀਆਂ ਬਣਾਉਣੀ ਜ਼ਰੂਰ ਟਰਾਈ ਕਰਿਓ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮੈਂ ਖੋਆ ਸੂਜੀ ਦੀਆਂ ਪਿੰਨੀਆਂ ਬਣਾਉਣੀ ਵੀ ਸਿਖਾਊਂਗਾ ਮੈਂ ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੇ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਦੇਖ ਸਕਦੇ ਹੋ ਸਾਡੇ ਯੂਟਿਊਬ ਚੈਨਲ 'ਤੇ ਬਸ ਤੁਸੀਂ ਯੂਟਿਊਬ 'ਤੇ ਜਾਣਾ ਅਤੇ ਸਰਚ ਕਰਨਾ ਜਾਨ ਮਾਹੌਲ ਵੀਡੀਓ ਸਰਚ ਕਰਨਾ ਉੱਥੇ ਤੁਹਾਨੂੰ ਸਾਡਾ ਚੈਨਲ ਖੁੱਲ੍ਹ ਜਾਊਗਾ ਤੁਸੀਂ ਉੱਥੇ ਜਾ ਕਲਿੱਕ ਕਰਕੇ ਸਾਡੀਆਂ ਅਨੇਕਾਂ ਪ੍ਰਕਾਰ ਦੀਆਂ ਵੀਡੀਓ ਦੇਖ ਸਕਦੇ ਜਿੱਥੇ ਅਸੀਂ ਪੰਜਾਬੀ ਲੈਂਗੁਏਜ ਵਿੱਚ ਡਿਸ਼ਾਂ ਬਣਾ ਕੇ ਪਾਈਆਂ ਹੋਈਆਂ